ਤੇ ਜਿਹੜੇ ਅੱਜ ਕਰੋਨਾ ਰੈਪਿਡ ਟੈਸਟ ਤੁਹਾਡੇ ਇੱਥੇ ਹੋ ਰਹੇ ਆ ਉਹਦੀ ਰਿਪੋਰਟ ਮੇ ਵੀ 15 ਮਿੰਟ ਦੇ ਵਿੱਚ ਆ ਜਾਂਦੀ ਆ ਹਾਂਜੀ ਤੇ ਕਿੰਨੇ ਕੁ ਬੰਦੇ ਆ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਇਸ ਵੇਲੇ ਜਿਹੜਾ ਟੈਸਟ ਕਰਵਾ ਰਹੇ ਆ ਇਹ ਕੱਲ ਇੱਕ ਨੌਜਵਾਨ ਸਾਡੇ ਕਰੋਨਾ ਪੋਜ਼ਿਟਿਵ ਆਇਆ ਸੀਗਾ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਕੱਲ੍ਹ ਪਿੰਡ ਨੰਗਲ ਦੇ ਵਿੱਚ ਇੱਕ ਜਿਹੜਾ ਨੌਜਵਾਨ ਆ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ ਉਸਦੇ ਚੱਲਦੇ ਆ ਪਿੰਡ ਦੇ ਵਿੱਚ ਆ ਜਿਹੜਾ ਬੜਾ ਦਹਿਸ਼ਤ ਦਾ ਮਾਹੌਲ ਹੋ ਗਿਆ ਸੀਗਾ ਉਹਨੂੰ ਜਿਹੜਾ ਕੱਲ੍ਹ ਨੌਜਵਾਨ ਨੂੰ ਡਾਕਟਰਾਂ ਵੱਲੋਂ ਜਿਹੜੀ ਇਹ ਟੀਮ ਆਈ ਸੀਗੀ ਉਹਨਾਂ ਨੇ ਉਹਨੂੰ ਜਿਹੜਾ ਜਲੰਧਰ ਕੁਆਰੰਟਾਈਨ ਕਰ ਦਿੱਤਾ ਸੀ ਉਸ ਤੋਂ ਬਾਅਦ ਅੱਜ ਪਿੰਡ ਨੰਗਲ ਦੇ ਵਿੱਚ ਸਰਪੰਚ ਜਗਤਾਰ ਚੰਦ ਤਾਰਾ ਅਤੇ ਉਹਨਾਂ ਦੀ ਪੰਚਾਇਤ ਵੱਲੋਂ ਆ ਜਿਹੜਾ ਪਿੰਡ ਨੰਗਲ ਦੇ ਵਿੱਚ ਅੱਜ ਆਪਣੇ ਜਿਹੜਾ ਕਰੋਨਾ ਦਾ ਟੈਸਟ ਕਰਵਾਏ ਜਾ ਰਹੇ ਆ ਉਹਦੇ ਵਿੱਚ ਅਸੀਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਵੀ ਜਿਹੜੇ ਰੈਪਿਡ ਟੈਸਟ ਕਰਵਾਏ ਜਾ ਰਹੇ ਆ ਕੀ ਇਹ ਸਾਰਾ ਮਸਲਾ ਅਤੇ ਕਿਵੇਂ ਹੋ ਰਹੇ ਆ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਹਾਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਰਨ ਜੈ ਭੀਮ ਜੈ ਭਾਰਤ ਜੀ ਅਸੀਂ ਸਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਕਰੋਨਾ ਰੈਪਿਡ ਟੈਸਟ ਕਰਵਾਏ ਜਾ ਰਹੇ ਆ ਕੀ ਮਸਲਾ ਸਰ ਇਹ ਸਾਰਾ ਇੱਕ ਕੱਲ੍ਹ ਇੱਕ ਨੌਜਵਾਨ ਸਾਡੇ ਕਰੋਨਾ ਪੋਜ਼ਿਟਿਵ ਆਇਆ ਸੀਗਾ ਅਤੇ ਉਹਦੇ ਮੱਦੇਨਜ਼ਰ ਫਿਰ ਕੱਲ੍ਹ ਉਹਨੂੰ ਜਿਹੜਾ ਹੈਗਾ ਆ ਜਲੰਧਰ ਸਿਵਲ ਹੋਸਪਿਟਲ ਰੈਫਰ ਕਰ ਦਿੱਤਾ ਗਿਆ ਸੀ ਇੱਥੋਂ ਨੰਗਲ ਤੋਂ ਅਤੇ ਅੱਜ ਫਿਰ ਅਸੀਂ ਡਾਕਟਰ ਸਾਹਿਬ ਨਾਲ ਸਲਾਹ ਕੀਤੀ ਸੀਗੀ ਕਿ ਇੱਦਾਂ ਕਰਕੇ ਫਿਰ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਵੀ ਉਹਨਾਂ ਦੇ ਟੈਸਟ ਕਰਾਉਣੇ ਆ ਅਤੇ ਹੋਰ ਵੀ ਜਿਹੜਾ ਕੋਈ ਇਛੁੱਕ ਹੈਗਾ ਆ ਉਹਨਾਂ ਦੇ ਵੀ ਟੈਸਟ ਕਰਵਾਉਣੇ ਚਾਹੁੰਦੇ ਹਾਂ ਅਤੇ ਉਹਨਾਂ ਨੇ ਫਿਰ ਸਾਡੇ ਨਾਲ ਰਾਬਤਾ ਕਾਇਮ ਕਰਕੇ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਦੇ ਨਾਲ ਸਾਡਾ ਸੰਪਰਕ ਹੋ ਕੇ ਅਤੇ ਜਦੋਂ ਉਹਨਾਂ ਨੇ ਕਹਿੰਦੇ ਵੀ ਆਪਾਂ ਇੱਥੇ ਇੱਕ ਕੈਂਪ ਲਗਾ ਦਿੰਦੇ ਹੈਗੇ ਹਾਂ ਅਤੇ ਉਹਨਾਂ ਨੇ ਸਾਡੀ ਬੇਨਤੀ ਇਹ ਮੰਨੀ ਵੀ ਅਸੀਂ ਫਿਰ ਉਹਦਾ ਕੈਂਪ ਅੱਜ ਲਗਾਇਆ ਸੀਗਾ ਇੱਥੇ ਸਾਰੇ ਕਰੋਨਾ ਟੈਸਟ ਕਰਨ ਵਾਸਤੇ ਜਿਹੜੇ ਅੱਜ ਕਰੋਨਾ ਰੈਪਿਡ ਟੈਸਟ ਤੁਹਾਡੇ ਇੱਥੇ ਹੋ ਰਹੇ ਆ ਉਹਦੀ ਰਿਪੋਰਟ ਮੇ ਵੀ 15 ਮਿੰਟ ਦੇ ਵਿੱਚ ਆ ਜਾਂਦੀ ਆ ਅਤੇ ਕਿੰਨੇ ਕੁ ਬੰਦੇ ਆ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਇਸ ਵੇਲੇ ਜਿਹੜਾ ਟੈਸਟ ਕਰਵਾ ਰਹੇ ਆ ਇਸ ਵੇਲੇ 40-45-50 ਦੇ ਕਰੀਬ ਜਿਹੜੇ ਟੈਸਟ ਹੋਣੇ ਹੈਗੇ ਆ ਕਰਵਾ ਰਹੇ ਆ ਉਹ ਅਤੇ ਇਸ ਵੇਲੇ ਸਾਰੇ ਜਿਹੜੇ ਬੰਦੇ ਆਏ ਹੋਏ ਆ ਸਾਰੇ ਇਸ ਵੇਲੇ ਹੁਣ ਅਤੇ ਇਹਦੇ ਵਿੱਚ ਆ ਜਿਹੜਾ ਇਹ ਬੰਦੇ ਜਿਹੜੇ ਟੈਸਟ ਕਰਵਾ ਰਹੇ ਆ ਤੁਹਾਡੇ ਪਿੰਡ ਦੇ ਹੀ ਕਰਵਾ ਰਹੇ ਆ ਕਿ ਬਾਹਰਲੇ ਵੀ ਆ ਇਹਦੇ ਵਿੱਚ ਕੋਈ ਸੰਪਰਕ ਦੇ ਵਿੱਚ ਆਇਆ ਜਾਂ ਸਾਰੇ ਆਪਣੀ ਮਰਜ਼ੀ ਦੇ ਨਾਲ ਆ ਜਿਹੜਾ ਕਰੋਨਾ ਟੈਸਟ ਕਰਵਾ ਰਹੇ ਆ ਹਾਂ ਇੱਕ ਦੋ ਮੈਂਬਰ ਆਏ ਆ ਬਾਹਰੋਂ ਵੀ ਜਿਹੜੇ ਉੱਥੇ ਮਿਸਤਰੀ ਲੱਗੇ ਹੋਏ ਸੀਗੇ ਉਹਨਾਂ ਦੇ ਘਰ ਦੇ ਵਿੱਚ ਅਤੇ ਕਿਉਂਕਿ ਰਾਜ ਮਿਸਤਰੀ ਦਾ ਕੰਮ ਚੱਲਦਾ ਸੀ ਉੱਥੇ ਮਕਾਨ ਬਣ ਰਿਹਾ ਸੀ ਉਹਨਾਂ ਦਾ ਤਾਂ ਉਹ ਵੀ ਉਹਨਾਂ ਨੇ ਵੀ ਅੱਜ ਟੈਸਟ ਨਾਲ ਹੀ ਕਰਾਏ ਹੈਗੇ ਜਿਹੜੇ ਉਹਦੇ ਸੰਪਰਕ ਵਿੱਚ ਸੀ ਮੁੰਡੇ ਦੇ ਠੀਕ ਹੈ ਜੀ ਜਿੱਦਾਂ ਤੁਸੀਂ ਟੈਸਟ ਕਰਵਾਏ ਆ ਪਿੰਡ ਦੇ ਵਿੱਚ ਇਹ ਜਿਹੜਾ ਇਹ ਨੌਜਵਾਨ ਆਪਣੀ ਮਰਜ਼ੀ ਦੇ ਨਾਲ ਵੀ ਟੈਸਟ ਕਰਵਾ ਰਹੇ ਆ ਹਾਂਜੀ ਹਾਂਜੀ ਸਾਰਿਆਂ ਨੇ ਆਪਣੀ ਮਰਜ਼ੀ ਦੇ ਨਾਲ ਟੈਸਟ ਕਰਾਏ ਆ ਅਸੀਂ ਕਿਸੇ ਨੂੰ ਫੋਰਸ ਨਹੀਂ ਕੀਤਾ ਹੈਗਾ ਉਹਨਾਂ ਨੂੰ ਸਾਰੇ ਜਿਹੜੇ ਸੰਪਰਕ ਦੇ ਵਿੱਚ ਸੀ ਜਾਂ ਉੱਦਾਂ ਵੀ ਜਿਹੜੇ ਜੇ ਕਿਸੇ ਨੇ ਉੱਦਾਂ ਵੀ ਟੈਸਟ ਕਰਾਉਣਾ ਸੀ ਤਾਂ ਉਹ ਵੀ ਸਾਰਿਆਂ ਨੇ ਟੈਸਟ ਇੱਥੇ ਕਰਾਇਆ ਹੈਗਾ ਅੱਜ ਠੀਕ ਹੈ ਜੀ ਇਹ ਸਨ ਸਾਡੇ ਨਾਲ ਜਗਤਾਰ ਚੰਦ ਸਰਪੰਚ ਪਿੰਡ ਨੰਗਲ ਤੋਂ ਇਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਆ ਜਿਹੜੇ 45-50 ਦੇ ਕਰੀਬ ਆ ਜਿਹੜੇ ਕਰੋਨਾ ਟੈਸਟ ਕੀਤੇ ਜਾ ਰਹੇ ਆ ਤੁਹਾਨੂੰ ਇੱਥੇ ਦੱਸ ਦਈਏ ਜਿਹੜੇ ਟੈਸਟ ਹੋ ਰਹੇ ਆ ਇਹਦੀ ਰਿਪੋਰਟ ਆ ਜਿਹੜੀ 15 ਮਿੰਟ ਬਾਅਦ ਆ ਜਾਂਦੀ ਆ ਏਰੋਬਿਟ ਹਾਂਜੀ ਡਾਕਟਰ ਸਾਹਿਬ ਕੀ ਇਹ ਕਰੋਨਾ ਦੇ ਸੰਬੰਧ ਵਿੱਚ ਜਿਹੜਾ ਕੈਂਪ ਲਗਾਇਆ ਜਾ ਰਿਹਾ ਇਹਦੇ ਬਾਰੇ ਦਿਓ ਜਾਣਕਾਰੀ ਇਹ ਨਾ ਸਾਡੇ 2 ਦਿਨ ਪਹਿਲਾਂ ਗੁਰਮੀਤ ਰਾਮ ਇੱਥੇ ਦੇ ਨੰਗਲ ਪਿੰਡ ਦੇ ਹੈਗੇ ਸੀ ਸਿਟੀਜ਼ਨ ਵਸਨੀਕ ਇੱਥੇ ਦੇ ਉਹਨਾਂ ਦਾ ਪੋਜ਼ੀਟਿਵ ਟੈਸਟ ਆਇਆ ਸੀ ਉਹਨਾਂ ਦੇ ਕੰਟੈਕਟ ਦੇ ਬੰਦਿਆਂ ਦੇ ਸਾਰਿਆਂ ਦੇ ਟੈਸਟ ਕੀਤੇ ਅੱਜ ਅਤੇ ਉਹ ਟੋਟਲ 44 ਟੈਸਟ ਕੀਤੇ ਸੀ ਓਕੇ ਜਿਹਨਾਂ ਉਹਨਾਂ ਦੇ ਕੰਟੈਕਟ ਵਿੱਚ ਆਏ ਸਾਰਿਆਂ ਦੇ ਟੈਸਟ ਕੀਤੇ ਜਾ ਰਹੇ ਹਾਂਜੀ ਹਾਂਜੀ ਇਹ ਡਾਕਟਰ ਸਾਹਿਬ ਸਾਰੇ ਪਿੰਡ ਨੰਗਲ ਦੇ ਹੀ ਆ ਕਿ ਨੰਗਲ ਤੋਂ ਬਾਹਰ ਦੇ ਵੀ ਟੈਸਟ ਹੋ ਰਹੇ ਨਹੀਂ ਇਹ ਪਿੰਡ ਨੰਗਲ ਦੇ ਕਰ ਰਹੇ ਹਾਂ ਸਰ ਇਹ ਰਿਪੋਰਟ ਕਿੰਨੇ ਦਿਨਾਂ 'ਚ ਆ ਜਾਊਗੀ ਜੀ ਬਸ ਥੋੜ੍ਹੀ ਦੇਰ ਤੱਕ ਕਰ ਦਿੰਦੇ ਹਾਂ ਜੀ ਅੱਛਾ ਥੋੜ੍ਹੀ ਦੇਰ 'ਚ ਰਿਪੋਰਟ ਆ ਜਾਏਗੀ ਐਂਟੀਜਨ ਟੈਸਟ ਹੈ ਠੀਕ ਸਰ ਤਾਂ ਹੀ ਪਿੰਡ ਨੰਗਲ ਦੇ ਵਿੱਚ ਕੱਲ੍ਹ ਇੱਕ ਕਰੋਨਾ ਪੋਜ਼ਿਟਿਵ ਜਿਹੜਾ ਪੇਸ਼ੈਂਟ ਪਾਇਆ ਗਿਆ ਸੀ ਅੱਜ ਉਹਦੇ ਚੱਲਦੇ ਪਿੰਡ ਨੰਗਲ ਦੇ ਵਿੱਚ ਆ ਜਿਹੜੇ ਟੈਸਟ ਕੀਤੇ ਗਏ ਸੀਗੇ ਇਹ ਤੁਹਾਨੂੰ ਦੱਸ ਦਈਏ ਜਿਹੜੇ ਟੈਸਟ ਪਿੰਡ ਨੰਗਲ ਦੇ ਵਿੱਚ ਕੀਤੇ ਜਾ ਰਹੇ ਸੀ ਇਹ ਟੈਸਟ ਜਿਹੜੇ ਆ ਰੈਪਿਡ ਟੈਸਟ ਕੀਤੇ ਜਾ ਰਹੇ ਆ ਤੁਹਾਨੂੰ ਇਹਦੇ ਵਿੱਚ ਇੱਕ ਗੱਲ ਦੱਸ ਦਈਏ ਵੀ ਇਹ ਟੈਸਟ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਆ ਇੱਕ ਬੰਦੇ ਦਾ ਅਗਰ ਹੁਣ ਟੈਸਟ ਲੈਂਦੇ ਆ ਉਸਦੀ ਰਿਪੋਰਟ 15 ਮਿੰਟ ਬਾਅਦ ਆ ਜਾਂਦੀ ਆ ਅਤੇ ਇੱਥੇ ਮੇ ਬੀ ਜਿਹੜੇ 45 ਬੰਦਿਆਂ ਦੇ ਟੈਸਟ ਆ ਕੀਤੇ ਗਏ ਆ ਜਿੱਦਾਂ ਅਸੀਂ ਡਾਕਟਰਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਵੀ ਜਿੰਨੇ ਵੀ ਬੰਦਿਆਂ ਦੇ ਅਸੀਂ ਟੈਸਟ ਕੀਤੇ ਆ ਉਹਦੇ ਵਿੱਚੋਂ ਕੁਝ ਬੰਦੇ ਉਹਦੇ ਸੰਪਰਕ ਦੇ ਵਿੱਚ ਆਏ ਸੀ ਜੇਕਰ ਜੋ ਗੱਲ ਇਹ ਆ ਕਿ ਉਹਦੇ ਘਰ ਦੇ ਜਿਹੜੇ 15 ਮੈਂਬਰ ਸੀ ਉਸਦੇ ਵਿੱਚ ਕੁਝ ਰਾਜ ਮਿਸਤਰੀ ਵੀ ਆ ਬਾਹਰਲੇ ਜਿਹੜੇ ਲੱਗੇ ਹੋਏ ਸੀਗੇ 15 ਮੈਂਬਰਾਂ ਤੋਂ ਇਲਾਵਾ ਜਿਹੜੇ ਰਾਜ ਮਿਸਤਰੀ ਵੀ ਸੀ ਅਤੇ ਪਿੰਡ ਦੇ ਹੋਰ ਨੌਜਵਾਨ ਮੁੰਡਿਆਂ ਨੇ ਵੀ ਜਿਹੜਾ ਪਿੰਡ ਦੀ ਗ੍ਰਾਮ ਪੰਚਾਇਤ ਨੇ ਸਾਥ ਦੇ ਕੇ ਜਿਹੜਾ ਟੈਸਟ ਕੀਤਾ ਉਹ ਸਾਰਿਆਂ ਦੇ ਟੈਸਟ ਆ ਜਿਹੜੇ ਨੈਗੇਟਿਵ ਪਾਏ ਗਏ ਆ ਇੱਥੇ ਪਿੰਡ ਦੇ ਲਈ ਇੱਕ ਖੁਸ਼ੀ ਦੀ ਖਬਰ ਤਾਂ ਹੈ ਹੀ ਹੈ ਜਿਹੜਾ ਕੱਲ੍ਹ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀਗਾ ਕਰੋਨਾ ਪੇਸ਼ੈਂਟ ਨਿਕਲ ਦੇ ਨਾਲ ਉੱਥੇ ਹੀ ਫਲੋਰ ਨੂੰ ਜਿਹੜੀ ਆ ਬਹੁਤ ਵੱਡੀ ਇਸ ਵੇਲੇ ਰਾਹਤ ਮਿਲੀ ਆ ਅਤੇ 45 ਦੇ 45 ਜਿਹੜੇ ਆ ਕਰੋਨਾ ਟੈਸਟ ਆ ਉਹ ਨੈਗੇਟਿਵ ਪਾਏ ਗਏ ਆ ਮੈਂ ਫਲੋਰ ਤੋਂ ਬੰਟੀ ਕਲੇਅਰ ਦੇ ਨਾਲ ਅਮਰਜੀਤ ਸਿੰਘ ਮੋਨੂ
ਫ੍ਰੀ ਸੇਵਾ ਫ੍ਰੀ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ ਵਿਦੇਸ਼ ਵਿੱਚ ਬੈਠੇ ਕਿਉਂ ਹੋ ਪਰੇਸ਼ਾਨ ਤੰਤਰ ਮੰਤਰ ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਤਾਂਤਰਿਕ ਅਮਿਤ ਜੀ ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਨਾਲ ਅਸ਼ਟਾਮ ਪੇਪਰ ਤੇ ਲਿਖ ਕੇ ਲਓ ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ ਲਵ ਮੈਰਿਜ ਲਾਟਰੀ ਨੰਬਰ ਪੀਆਰ ਸਮੱਸਿਆ ਵਿਦੇਸ਼ ਵਿੱਚ ਪੱਕੇ ਹੋਣਾ ਸੌਂਤਣ ਜਾਂ ਦੁਸ਼ਮਣ ਤੋਂ ਛੁਟਕਾਰਾ ਕਰਜ਼ਾ ਮੁਕਤੀ ਸੱਸ ਨੂੰ ਪਤੀ ਪਤਨੀ ਵਿੱਚ ਅਣਬਣ ਜਾਇਦਾਦ ਵਿੱਚ ਝਗੜਾ ਮਨਚਾਹਿਆ ਪਿਆਰ ਬੱਚਿਆਂ ਦਾ ਕਹਿਣੇ ਤੋਂ ਬਾਹਰ ਘਰ ਵਿੱਚ ਕਲੇਸ਼ ਕੀਤਾ ਕਰਾਇਆ ਕਿਸੇ ਨੂੰ ਸ਼ਰਾਬ ਦੀ ਲੱਤ ਤੋਂ ਬਾਹਰ ਕੱਢਣਾ ਤੁਹਾਡਾ ਭੈਣ ਭਰਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਦੇ ਵੱਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਬਾਹਰ ਕੱਢਣ ਲਈ ਫੋਨ ਕਰੋ ਤਾਂਤਰਿਕ ਅਮਿਤ ਜੀ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ ਸਾਡੀਆਂ ਸੇਵਾਵਾਂ 24 ਘੰਟੇ ਖੁੱਲ੍ਹੀਆਂ ਹਨ ਫੋਨ ਨੰਬਰ 86751 91313